ਸਾਡਾ ਸ਼ਹੀਦ ਸੁਭਕਰਨ ਸਿੰਘ ਜੀ ਵੱਲੋਂ ਜਿਨ੍ਹਾਂ ਦੇ ਸ਼ਹੀਦੀ ਸਮਾਗਮ ਦੇ ਵਿੱਚ ਅੱਜ ਇੱਥੇ ਅਸੀਂ ਪਹੁੰਚੇ ਹੋਏ ਹਾਂ। ਅਸੀਂ ਜਦੋਂ ਅੰਦੋਲਨ ਸ਼ੁਰੂ ਕਰ ਰਹੇ ਸੀ ਉਦੋਂ ਆਪਣੇ ਇੱਕ ਜੈਜੇ ਬਣਾ ਰਹੇ ਸੀ ਕਿ ਜਦੋਂ ਅਸੀਂ ਸਾਮਰਾਜ ਵੱਲੋਂ ਸਥਾਪਿਤ ਸੰਸਥਾਵਾਂ ਦੇ ਖਿਲਾਫ ਇਹ ਅੰਦੋਲਨ ਦੀ ਟੇਕ, ਇਹ ਅੰਦੋਲਨ ਦੀ ਧਾਰ ਉੱਧਰ ਨੂੰ ਕਰਾਂਗੇ, ਜਿਵੇਂ ਅਸੀਂ ਮੰਗ ਪਾਈ ਸੀ ਕਿ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਭਾਰਤ ਨੂੰ ਬਾਹਰ ਆਉਣਾ ਚਾਹੀਦਾ। ਆ ਜਿਹੜਾ ਵਰਲਡ ਬੈਂਕ ਆ ਉਹਦੀਆਂ ਨੀਤੀਆਂ ਜਿਵੇਂ ਸਾਡੇ ਦੇਸ਼ ਦੇ ਹਾਕਮ ਅੰਨੀ ਧੁੱਸ ਨਾਲ ਲਾਗੂ ਕਰ ਰਹੇ ਆ, ਜਿਹੜੀ ਮੁਦਰਾ ਕੋਸ਼ ਫੰਡ ਕੌਮਾਂਤਰੀ ਸੰਸਥਾਵਾਂ ਜਿਹੜੇ ਉਹਦੇ ਫੈਸਲੇ ਲਾਗੂ ਹੋ ਰਹੇ ਆ, ਜਦੋਂ ਅਸੀਂ ਇੱਧਰ ਨੂੰ ਧਾਰ ਕਰਾਂਗੇ ਤਾਂ ਫਿਰ ਦਿੱਲੀ 'ਚ ਬੈਠੇ ਹਾਕਮ ਸਾਡੇ ਬਾਰੇ ਕੀ ਕਿਸਮ ਦੇ ਫੈਸਲੇ ਕਰਨਗੇ। ਇਹ ਦੁਨੀਆ ਦੇ ਸਾਹਮਣੇ ਘੋਲ ਭਾਵੇਂ 13 ਫਰਵਰੀ ਨੂੰ 11 ਤੋਂ ਲੈ ਕੇ 13 ਦੇ ਵਿੱਚ ਸਾਹਮਣੇ ਆਇਆ ਵਾ, ਪਰ ਇਹਦੇ ਘੋਲ ਦੇ ਪਿੱਛੇ ਦੋਵਾਂ ਫੋਰਮਾਂ ਦੀ, ਇਹਦੇ ਪਿੱਛੇ 2 ਮਹੀਨਿਆਂ ਦੀ ਅਣਥੱਕ ਮਿਹਨਤ ਆ। ਅਸੀਂ ਕੈਮਿਓ ਵੱਲੋਂ 9 ਸੂਬਿਆਂ 'ਚ ਗਏ ਹਾਂ, ਨਵਾਂ ਸੂਬਿਆਂ ਦੇ ਵਿੱਚ ਜਥੇਬੰਦੀਆਂ ਨਾਲ ਗੱਲ ਕੀਤੀ ਆ। SKM ਗੈਰ ਰਾਜਨੀਤਿਕ ਨੇ 13 ਸੂਬਿਆਂ ਵਿੱਚ ਆਪਣੀ ਮੁਹਿੰਮ ਕੀਤੀ ਆ ਔਰ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਆ। ਔਰ ਉਦੋਂ ਬਾਅਦ ਇਹ ਘੋਲ ਤੁਹਾਡੇ ਸਾਹਮਣੇ ਆਇਆ ਵਾ ਔਰ ਸਰਕਾਰ ਨੇ ਵੀ ਆਪਣੀ ਕਲੀਅਰ ਕੱਟ ਪਾਲਿਸੀ ਰੱਖੀ ਆ ਵੀ ਜੇ ਕਿਸਾਨਾਂ ਦਾ ਅੰਦੋਲਨ ਦਿੱਲੀ ਜਾ ਵੜਿਆ ਤਾਂ ਇਹ ਅੰਦੋਲਨ ਦੇਸ਼ ਵਿੱਚ, ਦੇਸ਼ ਦੀ ਪਿਛਲੀ 76 ਸਾਲਾਂ ਦੀ ਹਿਸਟਰੀ 'ਚ ਸਭ ਤੋਂ ਵੱਡਾ ਅੰਦੋਲਨ ਬਣ ਜਾਣਾ ਵਾ। ਇਹ ਉਹਨਾਂ ਨੇ ਫਿਰ ਪਹਿਲੀ ਵਾਰ ਅਸੀਂ ਜੋ ਦੇਖਿਆ ਵੀ ਇਸਰਾਇਲ ਤੋਂ ਇਹ ਡਰੋਨ ਮੰਗਾਏ ਗਏ ਆ। ਅਜੇ ਤੱਕ ਭਾਰਤ ਦੇ ਵਿੱਚ ਕਦੀ ਕਿਸਾਨ ਅੰਦੋਲਨ ਦੇ ਉੱਤੇ ਇਹ ਡਰੋਨ ਇਸਤੇਮਾਲ ਨਹੀਂ ਹੋਏ। ਇਹ ਪਹਿਲੀ ਦੇਸ਼ ਦੇ ਦੀ ਇਤਿਹਾਸਕ ਘਟਨਾ ਵਾ ਵੀ ਇਸਰਾਇਲ ਦੇ ਮੰਗਾਏ ਡਰੋਨ ਇਸ ਕੋਲ ਵਿੱਚ ਵਰਤੇ ਗਏ ਆ। ਔਰ ਉਹਨਾਂ ਨੇ ਜਿਵੇਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਨੂੰ ਕੌਮਾਂਤਰੀ ਸਰਹੱਦ ਵਜੋਂ ਵਰਤਿਆ, ਐਂ ਲੱਗਦਾ ਜਿਵੇਂ ਚੀਨ ਦਾ ਬਾਰਡਰ ਹੁੰਦਾ, ਐਂ ਲੱਗਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ, ਪਰ ਉਹਨਾਂ ਬਾਰਡਰਾਂ 'ਚ ਵੀ ਤਾਰਾਂ ਹੁੰਦੀਆਂ ਨੇ, ਕੰਧਾਂ ਨਹੀਂ ਹੁੰਦੀਆਂ। ਉਹਨਾਂ ਬਾਰਡਰਾਂ ਦੇ ਵਿੱਚ ਵੀ ਕੋਈ ਕੌਮਾਂਤਰੀ ਕਾਨੂੰਨ ਹੁੰਦੇ ਆ। ਸਾਡੇ ਪੰਜਾਬ ਤੇ ਹਰਿਆਣੇ ਬਾਰਡਰ 'ਤੇ ਕੋਈ ਕਾਨੂੰਨ ਨਹੀਂ ਹੈਗਾ। ਪਹਿਲੀ ਵਾਰ ਕੇਂਦਰ ਨੇ 70,000 ਤੋਂ ਵੱਧ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਕੀਤਾ ਔਰ ਹਰ ਤਰ੍ਹਾਂ ਦੇ ਬਰੂਦ ਦੀ ਵਰਤੋਂ ਕੀਤੀ ਆ। ਉਹਨਾਂ ਵੀ ਨੀਤੀ ਸਪਸ਼ਟ ਕਰ ਦਿੱਤੀ ਵੀ ਜੋ ਮਰਜ਼ੀ ਕਰ ਲਓ, ਤੁਹਾਨੂੰ ਦਿੱਲੀ ਨਹੀਂ ਜਾਣ ਦੇਣਾ। ਉਹਨਾਂ ਨੂੰ ਪਤਾ ਸੀ ਵੀ ਫੈਸਲੇ ਕਿਹੜੇ ਕਰਕੇ ਆ ਰਹੇ। ਔਰ ਇਹਦੇ ਬਾਵਜੂਦ ਇਹ ਅੰਦੋਲਨ ਕੌਮਾਂਤਰੀ ਪੱਧਰ ਦਾ, ਦੇਸ਼ ਪੱਧਰ ਦਾ ਬਣ ਗਿਆ। ਇਹ ਸਾਡੀ ਸਾਰਿਆਂ ਦੀ ਮਿਹਨਤ ਆ।
ਜਿਵੇਂ ਹੁਣ ਸਰਕਾਰ ਇੱਕ ਪਰਸੈਪਸ਼ਨ ਬਣਾ ਰਹੀ ਆ ਮੀਡੀਆ ਦੇ ਵਿੱਚ, ਸਰਕਾਰ ਦੇ ਟਾਊਟ ਲੱਗੇ ਹੋਏ ਆ, ਸਰਕਾਰ ਦੀਆਂ ਏਜੰਸੀਆਂ ਲੱਗੀਆਂ ਹੋਈਆਂ, ਉਹਦੇ ਆਈ ਟੀ ਸੈੱਲ ਲੱਗੇ ਹੋਏ ਆ, ਫੈਸਲਾ ਨਹੀਂ ਕਰ ਪਾ ਰਹੇ। ਕਹਿੰਦੇ ਕਾਂਗਰਸੀਆਂ ਨਾਲ ਲੜੇ, ਅੱਗੇ ਕਹਿੰਦੇ ਇਹ ਆਮ ਆਦਮੀ ਨੇ ਬਾਰਡਰਾਂ ਤੇ ਬਾਲਿਆ ਇਹਨਾਂ, ਅੱਗੇ ਕਹਿੰਦੇ ਇਹ ਭਾਜਪਾ ਦਾ ਅੰਦੋਲਨ ਆ, ਅੱਗੇ ਕਹਿੰਦੇ ਇਹ ਖਾਲਿਸਤਾਨੀ, ਉਦੋਂ ਅੱਗੇ ਕਹਿ ਰਹੇ ਆ ਇਹ ਕੱਲਾ ਪੰਜਾਬ ਦਾ ਅੰਦੋਲਨ ਆ। ਅਸੀਂ ਕਹਿੰਦੇ ਇੱਕ ਗੱਲ ਤਾਂ ਤੈਅ ਕਰ ਲਓ ਵੀ ਹੈ ਕੀ, ਪਹਿਲੋਂ ਵੀ ਬੜਾ ਕੁਛ ਕਿਹਾ, ਹਜੇ ਇੱਕ ਗੱਲ ਤੇ ਖੜਦੇ ਨਹੀਂ ਹੈ ਵੀ ਕਹਿਣਾ ਕੀ ਆ, ਵੀ ਕੀ ਗੱਲ ਹੈਗੀ ਆ। ਭਰਾਵੋ, ਸਰਕਾਰ ਨਾਲ ਰਲਿਆ ਤੇ 70,000 ਅਰਧ ਸੈਨਿਕ ਫੋਰਸ ਨਹੀਂ ਲਾਉਣੀ ਪੈਂਦੀ ਹੁੰਦੀ, ਸਰਕਾਰ ਨਾਲ ਰਲਿਆ ਤੇ ਮੰਗ ਕੇ ਦਿੱਲੀ ਵਿੱਚ ਜਗ੍ਹਾ ਮਿਲ ਜਾਣੀ ਸੀ, ਲੈ ਵੀ ਲੈਣੀ ਸੀ, ਮੁੜ ਵੀ ਆਉਣਾ ਸੀ। ਸੋ ਦੂਜੀ ਪਰਸੈਪਸ਼ਨ ਇਹ, ਦੋ ਵਿਅਕਤੀਆਂ ਦੇ ਨਾਂ ਲਏ ਜਾ ਰਿਹਾ, ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਦੋ ਜਥੇਬੰਦੀਆਂ ਦੇ ਨਾਂ ਲਏ ਜਾ ਰਹੇ ਆ। ਨਹੀਂ ਭਰਾਓ, ਅਸੀਂ ਬਹੁਤ ਛੋਟੇ ਬੰਦੇ, ਸੰਸਥਾਵਾਂ ਵੱਡੀਆਂ ਹੁੰਦੀਆਂ, ਸਾਡੀ ਜਥੇਬੰਦੀ ਵੱਡੀ ਹੋ ਸਕਦੀ ਹੈ, ਕਿਸਾਨ ਮਜ਼ਦੂਰ ਮੋਰਚਾ ਵੱਡਾ ਹੋ ਸਕਦਾ, SKM ਗੈਰ ਰਾਜਨੀਤਿਕ ਫੋਰਮ ਵੱਡਾ ਹੋ ਸਕਦਾ। ਉਹ ਕੱਟਣ ਦਾ ਯਤਨ ਕਰ ਰਹੇ ਵੀ ਦੋ ਫੋਰਮਾਂ ਦੀ ਸੰਘਰਸ਼ ਸ਼ਾਇਦ ਨਹੀਂ ਹੈ। ਤੋ ਇਹ ਦੋਵਾਂ ਫੋਰਮਾਂ ਦੇ ਵਿੱਚ, ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ 100 ਤੋਂ ਵੱਧ ਜਥੇਬੰਦੀਆਂ ਨੇ, SKM ਗੈਰ ਰਾਜਨੀਤਿਕ ਵਿੱਚ ਵੀ 100 ਤੋਂ ਵੱਧ ਜਥੇਬੰਦੀਆਂ, ਇਹ 200 ਤੋਂ ਪਲੱਸ ਦੇਸ ਦੀਆਂ ਜਥੇਬੰਦੀਆਂ ਦਾ ਘੋਲ ਆ। ਇਹਨੂੰ ਦੋ ਵਿਅਕਤੀਆਂ ਤੇ ਦੋ ਜਥੇਬੰਦੀਆਂ ਦਾ ਘੋਲ ਨਾ ਬਣਾਇਆ ਜਾਵੇ, ਇੱਕ ਤਾਂ ਹਾਸਲ। ਦੂਸਰਾ, ਪ੍ਰਧਾਨ ਮੰਤਰੀ ਜੀ ਅੱਜ ਕਹਿ ਰਹੇ ਨੇ ਵੀ 140 ਕਰੋੜ ਲੋਕਾਂ ਦਾ ਆਸ਼ੀਰਵਾਦ ਮੈਨੂੰ ਮਿਲੂਗਾ, ਕਾਹਦੇ ਲਈ, ਵੀ ਤੁਸੀਂ ਆਪਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਰਾਜਧਾਨੀ 'ਚ ਨਹੀਂ ਜਾਣ ਦਿੰਦੇ ਜਿਹੜਾ ਸਾਨੂੰ ਸੰਵਿਧਾਨ ਹੱਕ ਦਿੰਦਾ, ਤੁਹਾਨੂੰ ਇਸ ਕਰਕੇ ਦੇਸ਼ ਦੇ 140 ਕਰੋੜ ਲੋਕਾਂ ਦਾ ਆਸ਼ੀਰਵਾਦ ਮਿਲੂਗਾ, ਵੀ ਤੁਸੀਂ ਕਿਸਾਨਾਂ ਦੇ ਕਾਤਲ ਅਜੇ ਮਿਸ਼ਰਿਟਾਂ ਨਹੀਂ ਰੁੱਟੇ ਦਿੰਦੇ ਇੱਤੀ ਦੋਰੇ, ਤੁਹਾਨੂੰ ਮਿਲੂਗਾ। ਜਾਂ ਤੁਸੀਂ ਸਾਡਾ ਸ਼ੁਭਕਰਨ ਸਿੰਘ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰਤਾ, ਤੁਹਾਨੂੰ ਆਸ਼ੀਰਵਾਦ ਮਿਲੂਗਾ। ਜਾਂ 500 ਤੋਂ ਵੱਧ ਤੁਸੀਂ ਸਾਡੇ ਕਿਸਾਨ ਸ਼ਹੀਦ ਕਰ ਦਿੱਤੇ, ਔਰ ਤੁਸੀਂ ਪਿਛਲੇ ਅੰਦੋਲਨ ਜਿਹੜੀ ਚਿੱਠੀ ਲਿਖੀ ਸੀ 9 ਦਸੰਬਰ ਨੂੰ, ਔਰ ਜਿਹੜੀ ਤੁਹਾਡੀ ਸਰਕਾਰ ਔਰ ਤੁਹਾਡੇ ਚੈਨਲਾਂ ਤੇ ਬੈਠੇ ਟਾਊਟ, ਤੁਹਾਡੀਆਂ ਏਜੰਸੀਆਂ ਇਹ ਕਹਿ ਰਹੀਆਂ ਵੀ ਇਸ ਅੰਦੋਲਨ ਲਈ ਸਮਾਂ ਘੱਟ ਸੀ, ਕਿ ਜਿੱਦਣ ਚਿੱਠੀ ਲਿਖੀ ਸੀ ਕਿ ਉਹਨੂੰ 2 ਸਾਲ ਨਹੀਂ ਲੰਘੇ, ਹੁਣ ਸਮਾਂ ਨਹੀਂ ਮਿਲਿਆ ਹੈ। ਫਿਰ ਤੁਸੀਂ ਆਪ ਕਿਹਾ ਸੀ ਕਿਸਾਨਾਂ ਦੀ ਆਮਦਨ ਦੁਗੀ ਨਹੀਂ ਕਰਾਂਗੇ, ਹੋਗੀ ਭਲਾ ਕਿਸਾਨਾਂ ਦੀ ਆਮਦਨ ਦੁਗੀ? ਤੁਹਾਡੀ ਪਾਰਲੀਮੈਂਟ ਚ ਇਹ ਆਂਕੜੇ ਆ ਗਏ ਵੀ ਹਰ ਰੋਜ਼ 118 ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਆ, ਇਹ ਸੱਚ ਨਹੀਂ ਹੈ ਦੁਨੀਆਂ ਦੇ ਸਾਹਮਣੇ? ਫਿਰ ਇਹ ਗੱਲਾਂ ਕਰਦੀਆਂ ਵੀ ਸਮਾਂ ਨਹੀਂ ਮਿਲਿਆ,
ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੇ। ਭਾਜਪਾ ਆਰ ਐਸ ਐਸ ਦੀ ਪਾਲਸੀ ਕੀ ਆ, ਧਰਮਾਂ ਦੇ ਨਾਂ ਤੇ ਵਖਰੇਵੇ ਪਾਉਣੇ, ਹਿੰਦੂ ਮੁਸਲਿਮ ਦਾ ਟਕਰਾਅ ਪੈਦਾ ਕਰਨਾ, ਸਿੱਖਾਂ ਹਿੰਦੂਆਂ ਦਾ ਘੋਲ ਬਣਾ ਕੇ ਪੇਸ਼ ਕਰਨਾ, ਫਿਰ ਤੂੰ ਪਾੜਾ ਪਾ ਕੇ ਇਲੈਕਸ਼ਨ ਜਿੱਤਣਾ ਚਾਹੁੰਦੇ ਹੋ। ਤੁਹਾਡੇ ਏਜੰਡੇ ਤੇ ਕਿਸਾਨ ਮਜ਼ਦੂਰ ਹੈ ਹੀ ਨਹੀਂ, ਇਹ ਸਾਰੀ ਦੁਨੀਆ ਜਾਣਦੀ ਹੈਗੀ ਆ। ਔਰ ਮੋਦੀ ਜੀ, ਜਿਵੇਂ ਵਿਸ਼ਵ ਪਾਰ ਸੰਸਥਾ ਦਾ ਤੁਹਾਡੇ ਤੇ ਦਬਾਅ ਆ, ਉਹਦੀ ਨੀਤੀ ਸਪਸ਼ਟ ਕਰਦੀ ਆ ਵੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਬਸਿਡੀ ਨਹੀਂ ਦੇਣੀ, ਸਰਕਾਰੀ ਮੰਡੀ ਕਿਸੇ ਵੀ ਕੀਮਤ ਤੇ ਨਹੀਂ ਰਹਿਣ ਦੇਣੀ। ਤੁਸੀਂ ਚਾਹ ਕੇ ਵੀ ਐਮ ਐਸ ਪੀ ਗਰੰਟੀ ਕਾਨੂੰਨ ਨਹੀਂ ਦੇ ਸਕਦੇ, ਇਸ ਸਥਿਤੀ ਨੂੰ ਸਪਸ਼ਟ ਕਰ। ਇਧਰਲੇ ਬੰਨੇ ਲੋਕਾਂ ਦੀ ਲਹਿਰ ਆ, ਇਹ ਹੁਣ ਜਾਂਦਾ ਪਈ ਸਾਮਰਾਜ ਦੀ ਸੰਸਥਾ ਦੇ ਦਬਾਅ ਹੇਠ। ਤੁਸੀਂ ਸਾਡੀਆਂ ਮੰਗਾਂ ਨੂੰ ਰੋਕ ਲਓਗੇ ਜਾਂ ਫਿਰ ਲੋਕਾਂ ਦੇ ਆਏ ਹੜ ਦੇ ਅੱਗੇ ਵਿੱਚੇ ਤੁਸੀਂ ਵੀ ਜਾਓਗੇ ਤੇ ਵਿੱਚੇ ਸਾਮਰਾਜੀ ਸੰਸਥਾਵਾਂ ਵੀ ਰੁੜ ਲੱਗੀਆਂ। ਇਹ ਫੈਸਲਾ ਸਮੇਂ ਦੀ ਗਰਭ ਦੇ ਵਿੱਚ ਪਿਆ ਹੋਇਆ ਵਾ। ਇਹ ਲੜਾਈ ਹਾਲੇ ਖੜੀ ਆ, ਇਹ ਲੜਾਈ ਲੜੀ ਜਾਣੀ ਆ। ਜਿਹੜੀ ਇਹ ਚਾਨਣਾ ਤੇ ਪ੍ਰਸੈਪਸ਼ਨ ਆ ਰਹੀ ਆ ਵੀ ਥੋੜੇ ਦਿਨਾਂ ਨੂੰ ਤਾਂ ਕੋਡ ਆਫ ਕੰਡਕਟ ਲੱਗ ਜਾਣਾ, ਕੀ ਜਦੋਂ ਨਵੀਂ ਸਰਕਾਰ ਆਜੂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਖਤਮ ਹੋ ਜੂ, ਨਵੀਂ ਸਰਕਾਰ ਲੋਕਾਂ ਦੀ ਚੁਣੀ ਹੋਊ। ਸੋ ਇਸ ਕਰਕੇ ਅਸੀਂ ਕੋਈ ਐਮ ਪੀ ਦੀਆਂ ਟਿਕਟਾਂ ਤਾਂ ਨਹੀਂ ਵੰਡਣੀਆਂ, ਅਸੀਂ ਪੂਲਿੰਗ ਬੇਥਾਂ ਤੇ ਕੋਈ ਪੂਲਿੰਗ ਜੰਤੀ ਤਾਂ ਨਹੀਂ ਕਰਨੀ ਜਾ ਕੇ ਵੀ ਸਾਨੂੰ ਬਹੁਤ ਘਬਰਾਹਟ ਹੈ। ਅੱਜ ਲੜ ਲਈਏ ਕੱਲ ਲੜ ਲਈਏ, ਕਿਸਾਨਾਂ ਮਜ਼ਦੂਰਾਂ ਨੂੰ ਹਾਕਮ ਦੇ ਖਿਲਾਫ ਨੰਗੇ ਪਿੰਡੇ ਲੜਨਾ ਪੈਣਾ। ਔਰ ਸੰਘਰਸ਼ 13 ਫਰਵਰੀ ਨੂੰ ਸ਼ੁਰੂ ਹੋ ਗਿਆ ਔਰ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਸ ਸੰਘਰਸ਼ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਔਰ ਇਹ ਕਿਸਾਨਾਂ ਮਜ਼ਦੂਰਾਂ ਤੇ ਦੇਸ਼ ਦੇ ਲੋਕਾਂ ਤੇ ਜਿਹੜਾ ਕਰਜ਼ਾ ਵਾ, ਜਿਹੜੀਆਂ ਦਿੱਲੀ ਅੰਦੋਲਨ ਦੌਰ ਦੇ ਵਿੱਚ ਸ਼ਹਾਦਤ ਹੋਈ ਆ ਸਾਡੇ ਇਸ ਹੋਣਹਾਰ ਵੀਰ ਦੀ, ਇਹ ਤਾਂ ਹੀ ਲੱਗਣਾ ਵਾ ਜੇ ਅਸੀਂ ਇਹ ਮੰਗਾਂ ਪੂਰੀਆਂ ਕਰਵਾਈਏ। ਔਰ ਸਾਡੀ ਇਹੀ ਸ਼ਹੀਦ ਸ਼ੁਭਕਰਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਊਗੀ। ਅਗਲੀ ਗੱਲ, ਕਈ ਕਹਿ ਰਹੇ ਆ ਬੜਾ ਮਾੜਾ ਦਿਹਾੜਾ, ਇਹ ਪ੍ਰਸੈਪਸ਼ਨ ਵੀ ਹੈਗੀ ਮੀਡੀਆ 'ਚ ਕਿ ਜਿੱਦਣ ਭਗਤ ਸਿੰਘ ਸ਼ਹੀਦ ਹੋਇਆ ਸੀ ਉਹਦਾ ਸ਼ਹੀਦੀ ਦਿਹਾੜਾ ਮਾੜਾ ਦਿਨ ਸੀ, ਕਿ ਕਰਤਾਰ ਸਿੰਘ ਸਰਾਭਾ ਜਿੱਦਣ ਸ਼ਹੀਦ ਹੋਇਆ ਸੀ ਉਹ ਮਾੜਾ ਦਿਨ ਸੀ। ਪੂਰੇ ਸਰਕਾਰ ਦੇ ਯਤਨ ਹੋ ਰਹੇ ਆ ਵੀ ਸ਼ਹੀਦ ਸੁਭਕਰਨ ਸਿੰਘ ਦੀ ਸ਼ਹੀਦੀ ਨੂੰ ਰੋਲਿਆ ਕਿਹਾ ਜਾਵੇ। ਇਸ ਸ਼ਹੀਦੀ ਨੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ, ਘੋਲ ਵਿੱਚ ਲੈ ਕੇ ਆਉਂਦਾ, ਇਹ ਯਤਨ ਹੋ ਰਹੇ ਆ। ਅਗਲੀ ਗੱਲ ਭਰਾਵੋ, ਜਿਹੜੀ ਗੱਲ ਸਰਕਾਰ ਨੇ ਕਹੀ ਵੀ ਟਰੈਕਟਰ ਟਰਾਲੀਆਂ ਛੱਡ ਦਿਓ, ਪੈਦਲ ਚਲ ਜਾਓ ਦਿੱਲੀ, ਕਹਿੰਦੇ ਰੇਲ ਗੱਡੀ 'ਤੇ ਆ ਜਾਓ, ਕਹਿੰਦੇ ਬੱਸਾਂ 'ਤੇ ਆ ਜਾਓ, ਇਹ ਸੋਚਣ ਵਾਲੀ ਗੱਲ ਆ। ਰੌਲਾ ਸਹੇਦਾ ਨਹੀਂ ਰੌਲਾ ਪਏਗਾ ਵੀ ਜੇ ਅੱਜ ਟਰੈਕਟਰ ਟਰਾਲੀਆਂ
ਕਿਸਾਨ ਲਹਿਰ ਟਰੈਕਟਰ ਟਰਾਲੀਆਂ ਦਿੱਲੀ ਲਿਜਾਣ ਵਾਲੀ ਗੱਲ ਖਤਮ ਕਰ ਇਹੋ ਚਾਹੁੰਦੇ। ਕਦੀ ਬਠਿੰਡੇ ਜ਼ਿਲ੍ਹੇ ਚ ਕਹਿੰਦੇ ਸੀ ਬਠਿੰਡੇ ਚ ਨਹੀਂ ਧਰਨਾ ਲੱਗਣ ਦੇਣਾ, ਨਹੀਂ ਸੀ ਮੰਨਦੇ ਵੀ ਲੱਗੂ ਤਾਂ ਉੱਥੇ ਲੱਗੂ ਜਿੱਦਾਂ ਮਰਜ਼ੀ ਲੱਗੂ। ਗੱਲ ਸਵਾਲ ਇੱਥੇ ਖੜੇ। ਅਗਲੀ ਗੱਲ ਇਹ ਵੀ ਸਾਫ਼ ਹੋ ਗਈ, ਸਾਡੇ ਬਿਹਾਰ ਵਾਲੇ ਬੰਦੇ ਗੱਡੀਆਂ ਚ ਆਏ ਦਿੱਲੀ ਗ੍ਰਿਫਤਾਰ ਹੋਏ, ਸਾਡੇ ਕਰਨਾਟਕ ਵਾਲੇ ਬੰਦਿਆਂ ਨੂੰ ਰੇਲਾਂ ਚੋਂ ਕੱਢ ਕੇ ਬੀਬੀਆਂ ਦੇ ਸਿਰ ਪਾੜੇ ਉਹਨਾਂ ਨੇ। ਇਹ ਕਿਵੇਂ ਦੱਸਦੇ ਉਹ ਕਿਹੜੇ ਟਿਕਟ ਟਾਲੀ ਤੇ ਆ ਰਹੇ ਸੀ, ਝੂਠ ਬੋਲਦੇ। ਔਰ ਹਜੇ ਵੀ ਕਈ ਸਾਡੇ ਸੂਬੇ ਆ ਦੂਰ ਆ, ਉਹ ਟਰੈਕਟਰ ਟਰਾਲੀਆਂ ਤੇ ਆ ਨਹੀਂ ਸਕਦੇ। ਕਈ ਆਦਿਵਾਸੀ, ਕਈ ਕਈ ਹੋਰ ਸੰਗਠਨ ਗਰੀਬ ਨੇ, ਉਹ ਤੁਰ ਕੇ ਹੀ ਆ ਸਕਦੇ ਆ। ਤੋ ਦੋਵਾਂ ਫੋਰਮਾਂ ਨੇ ਇਹ ਫੈਸਲਾ ਕੀਤਾ ਵੀ ਪੰਜਾਬ ਹਰਿਆਣੇ ਨੂੰ ਛੱਡ ਕੇ ਜਿਹੜੇ ਉਹ ਦੂਰ ਦੁਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਨਹੀਂ ਹੈਗੀ ਵੀ ਉਹ ਟਰੈਕਟਰ ਟਰਾਲੀਆਂ ਤੇ ਆਉਣ, ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਚਾਹੇ ਉਹ ਰੇਲਾਂ ਤੇ ਆਉਣ ਚਾਹੇ ਉਹ ਪੈਦਲ ਆਉਣ ਜਿੱਦਾਂ ਮਰਜ਼ੀ, ਉਹ ਦਿੱਲੀ ਵੱਲ ਨੂੰ ਕੂਚ ਕਰਨਗੇ। ਦੇਖਦੇ ਹਾਂ ਮੋਦੀ ਸਰਕਾਰ ਜੰਤਰ ਮੰਤਰ ਤੇ ਫਿਰ ਉਹਨਾਂ ਦਾ ਧਰਨਾ ਲਵਾ ਦੇਦੀ, ਇੱਕ ਇੱਧਰ ਚਲੀ ਜਾਓ ਇੱਕ ਉੱਧਰ ਚਲੀ ਜਾਓ, ਨਾਲੇ ਸਾਫ਼ ਹੋ ਜੂ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਵੀ ਜਾਣ ਦਿੰਦੇ ਆ ਕੇ ਨਹੀਂ ਜਾਣੀ। ਤੋ ਬਾਹਰਲੇ ਸਾਡੇ ਦੋਵਾਂ ਫੋਰਮਾਂ ਦੇ ਹੋਰ ਸਟੇਟ ਜਿਹੜੇ ਟਰੈਕਟਰ ਟਰਾਲੀਆਂ ਲਿਆਉਣ ਦੀ ਹਾਲਤ ਚ ਨਹੀਂ ਹੈਗੇ, ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਦਿੱਲੀ ਵੱਲ ਨੂੰ ਵਧਣਗੇ। ਦੇਸ਼ ਵਿਆਪੀ ਸਾਡਾ ਪ੍ਰੋਗਰਾਮ ਆਪਣੇ ਦੋਵਾਂ ਥਾਵਾਂ ਤੇ ਖਨੌਰੀ ਸ਼ੰਭੂ ਹੋਰਨਾਂ ਬਾਰਡਰਾਂ ਤੇ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਗਲੀ ਗੱਲ, ਅਸੀਂ ਇਹਦਾ ਘੇਰਾ ਪੂਰੇ ਦੇਸ਼ ਵਿੱਚ ਫੈਲਾਉਣ ਲਈ ਦੋਵਾਂ ਫੋਰਮਾਂ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੰਦੇ ਹਾਂ ਵੀ ਸਰਕਾਰ ਤੇ ਦਬਾਅ ਪਾਉਣ ਲਈ, ਇਹ ਮੰਗਾਂ ਨੂੰ ਮਨਾਉਣ ਲਈ ਪੂਰੇ ਦੇਸ਼ ਭਰ ਦੇ ਵਿੱਚ 10 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੇ ਦੇਸ਼ ਦੇ ਅੰਦਰ ਰੇਲ ਪਹੀਏ ਜਾਮ ਕੀਤੇ ਜਾਣਗੇ। ਬਾਰਾਂ ਤੋਂ 4 ਵਜੇ ਤੱਕ ਦੇਸ਼ ਭਰ ਦੇ ਵਿੱਚ ਔਰ ਸਰਕਾਰ ਨੂੰ ਦਿਖਾਵਾਂਗੇ ਵੀ ਦੇਸ਼ ਭਰ ਦਾ ਅੰਦੋਲਨ ਕਿਵੇਂ ਤੇ ਪੰਜਾਬ ਤੋਂ ਬਾਹਰ ਵੀ ਕੀ ਹੁੰਦਾ। ਤੋ ਇਹ 2 ਵੱਡੇ ਫੈਸਲੇ ਸਰਕਾਰ ਨੇ ਕੀਤੇ ਆ। ਅਪੀਲ ਸੀ ਮੇਰੇ ਵੱਲੋਂ ਵੀ ਜਿਹੜੀਆਂ ਮਤੇ ਵੀਰ ਨੇ ਪੜ੍ਹੇ, ਜਿਹੜੀਆਂ ਸਾਡੀਆਂ ਅੰਦੋਲਨ ਦੀਆਂ ਮੰਗਾਂ ਵੀ MSP ਲੀਗਲ ਗਰੰਟੀ ਕਰਾਉਣ ਬਣਾਉਣਾ, ਇੱਕ ਵਿਰੋਧੀ ਧਿਰ ਦਾ ਵੱਡਾ ਲੀਡਰ ਬੋਲ ਰਿਹਾ ਕਹਿੰਦਾ ਹਮਾਰੀ ਸਰਕਾਰ ਆਈ MSP ਦੇਂਗੇ, ਉਹ ਭਾਈ ਅਸੀਂ ਇਹ ਨਹੀਂ ਮੰਗ ਕਰਦੇ। ਅਸੀਂ ਕਹਿੰਦੇ ਹਾਂ MSP ਲੀਗਲ ਕਰਾਊ ਕਾਨੂੰਨ ਬਣਾਇਆ ਜਾਵੇ, ਸਾਡੀ ਮੰਗ ਗੱਲ ਗੌਰ ਕਰੋ। ਫਿਰ ਵਿਰੋਧੀ ਢੇਰ ਵਾਲੇ ਤਾਂ ਭਾਈ ਆਈ ਕਹਿੰਦੇ ਹੁੰਦੇ ਸੱਤਾ ਚ ਆ ਕੇ। ਤਾਂ ਜਿੰਨੀਆਂ ਵੀ ਦੇਸ਼ ਦੇ ਵਿੱਚ ਪਾਰਲੀਮੈਂਟ ਚੋਣਾਂ ਲੜ ਚੁੱਕੀਆਂ ਸਿਆਸੀ ਪਾਰਟੀਆਂ ਨੇ ਮਤ ਆਸ ਰੱਖੇ ਹੋ ਇਹਨਾਂ ਕੋਲ, ਇਹ ਤੁਹਾਡਾ ਕੋਈ ਸਵਾਲ ਨਹੀਂ ਹੈ। ਸੱਤਾ ਚ ਤਾਂ ਹੈਗੀ ਆ, ਕੋਈ ਵੀ ਪਾਰਟੀ ਸੱਤਾ ਚ ਲਾਏ ਉਹਨਾਂ ਨੇ ਵਰਲਡ ਬੈਂਕ ਦੀਆਂ, ਮੁਦਰਾ ਕੋਸ਼ ਫੰਡ ਦੀਆਂ ਤੇ ਵਿਸ਼ਵ ਭਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਨੀਆਂ ਹੀ ਕਰਨੀਆਂ ਨੇ। ਜੇ ਮੰਗਾਂ ਪੂਰੀਆਂ ਕਰਾਉਣੀਆਂ ਵਾ
ਜੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ, ਜੇ 3-50 ਦੇ ਹਿਸਾਬ ਨਾਲ ਫਸਲਾਂ ਦੇ ਭਾਅ ਲੈਣੇ ਆ, ਜੇ ਲਖੀਮਪੁਰ ਦੇ ਗੁੰਡਿਆਂ ਨੂੰ ਜੇਲ੍ਹਾਂ ਚ ਸਤਾਉਣਾ ਵਾ, ਜੇ ਬਿਜਲੀ ਬਿੱਲ 2023 ਖਤਮ ਕਰਾਉਣਾ ਵਾ, ਜੇ ਪੋਲੂਸ਼ਨ ਐਕਟ ਚੋਂ ਖੇਤੀ ਨੂੰ ਮਾਰ ਕਢਾਉਣਾ ਵਾ, ਜੇ ਆਦਿਵਾਸੀਆਂ ਦੀ ਪੰਜਵੀਂ ਸੂਚੀ ਲਾਗੂ ਕਰਾਉਣੀ ਆ, ਜੇ ਨਿਰੋਗਾ 200 ਦਿਨ ਚਾਹੀਦੀ ਆ, ਦਿਹਾੜੀ 700 ਰੁਪਈਆ, ਜੇ ਫਸਲਾਂ ਦਾ ਬੀਮਾ ਯੋਜਨਾ ਬਣਨੀ ਚਾਹੀਦੀ, ਸਰਕਾਰ ਆਪਣੇ ਪੱਧਰ ਤੇ ਕਰੇ, ਔਰ ਜੇ ਕਿਸਾਨ ਤੇ ਖੇਤ ਮਜ਼ਦੂਰ ਜਦੋਂ 60 ਸਾਲਾਂ ਦਾ ਹੋਵੇ ਉਹਨੂੰ 10,000 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਮਿਲੇ। ਜੇ ਮੰਗਾਂ ਮਨਾਉਣੀਆਂ ਵੱਡੀ ਇਹਦੋਂ ਵੀ ਕਿ WTO ਤੋਂ ਭਾਰਤ ਬਾਹਰ ਆਵੇ, ਇਹ ਬਹੁਤ ਵੱਡੀਆਂ ਮੰਗਾਂ। ਜੇ ਇਹਨਾਂ ਨੂੰ ਪੂਰਾ ਕਰਾਉਣਾ ਵਾ, ਇਹ ਅੱਜ ਦਾ ਕੱਠ, ਇਹ ਦੋਵੇਂ ਫੋਰਮ ਅਪੀਲ ਕਰਦੇ ਆ। 13,000-12,000 ਪੰਜਾਬ ਦਾ ਪਿੰਡ ਆ, ਜੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਸਾਬਕਾ ਪੰਚਾਇਤਾਂ ਪਿੰਡ ਦਾ ਕੁੱਲ ਭਾਈਚਾਰਾ, ਜੇ ਪਾਰਟੀ ਬਾਜੀ ਤੇ ਧੜੇਬੰਦੀ ਤੋਂ ਉੱਪਰ ਉੱਠ ਗਏ, ਅਰ ਇਹ ਮੰਗਾਂ ਮਨਾਉਣ ਲਈ ਮਤੇ ਪਾਸ ਕਰਕੇ ਹਰ ਪਿੰਡ ਦੇ ਵਿੱਚੋਂ ਇੱਕ ਟਰਾਲੀ ਇਹਨਾਂ ਬਾਡਰਾਂ ਦੇ ਆ ਜਾਵੇ। ਤੁਹਾਨੂੰ ਯਕੀਨ ਦੇਣ ਆਉਂਦੇ ਆ ਵੀ ਇਹ ਲਿਲਕੜੀਆਂ ਲੈਣਗੇ, ਸੋ ਇਸ ਅਪੀਲ ਨੂੰ ਪ੍ਰਵਾਨ ਕਰਿਓ, ਅੰਦੋਲਨ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੂਗਾ। ਸ਼ੁਭਕਰਨ ਸਿੰਘ ਸ਼ਹੀਦ ਚਲਾ ਗਿਆ, ਅਸੀਂ ਉਹਦੇ ਮਗਰ ਜਾਵਾਂਗੇ। ਅੱਜ ਇਸ ਕੱਠ ਵਾਅਦਾ ਕਰਦੇ ਹਾਂ, ਸ਼ੁਭਕਰਨ ਸਿੰਘ ਸਤਿਗੁਰ ਕਿਰਪਾ ਕਰੇ, ਬਖਸ਼ਿਸ਼ ਕਰੇ, ਲੋਕਾਂ ਨਾਲ ਨਿਭ ਜਾਵੇ। ਕਦੀ MLA ਦੀ ਸੀਟ ਤੇ ਕਦੀ MP ਦੀ ਸੀਟ, ਕਦੀ ਕੋਈ ਲਾਲਚ ਸਾਡਾ ਰਾਹ ਨਹੀਂ ਰੋਕੂ। ਅਸੀਂ ਕਿਸਾਨ ਮਜ਼ਦੂਰ ਲਹਿਰ ਦੀ ਲੜਾਈ ਅੰਤਮ ਸਾਹ ਤੱਕ ਲੜਾਂਗੇ, ਜਦੋਂ ਤੱਕ ਸਤਿਗੁਰ ਨੇ ਇਹ ਬੁੱਤ ਵਿੱਚ ਜਾਨ ਤੇ ਜਾਨ ਬਖਸ਼ੀ। ਔਰ ਸਤਿਗੁਰ ਸੱਚੇ ਪਾਤਸ਼ਾਹ ਗੜੀ ਅਰਦਾਸ ਕਰਦੇ ਹਾਂ, ਉਸ ਵਿਛੜੀ ਹੋਈ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਿਓ, ਕਿਸਾਨ ਮਜ਼ਦੂਰ ਪਰਿਵਾਰ ਨੂੰ, ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਓ, ਅਰੇ ਆਸ਼ੀਰਵਾਦ ਦਿਓ ਵੀ ਅਸੀਂ ਇਸ ਅੰਦੋਲਨ ਨੂੰ ਜਿੱਤ ਸਕੀਏ। ਇਹੀ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਸ ਦੋ ਨਾਰੇ ਮਰਾਉਣੇ ਆ, ਸ਼ਹੀਦਾਂ ਤੁਹਾਡੀ ਸੋਟ, ਜੋਰ ਨਾ ਬਾਈ, ਸ਼ਹੀਦਾਂ ਤੁਹਾਡੀ ਸੋਟ।